ਆ ਕੌਣ ਹੈ? ਵੀ ਕੋਈ ਚਵਲ ਜਿਹਾ ਹੀ ਆ ਜੀ। ਆ ਜਾ ਫਿਰ ਮੈਂ ਜੋ ਨਿੱਕੇ ਨਾਲ ਹਾਲ ਕਰਾਂ ਤੈਨੂੰ ਲੱਗ ਪਤਾ ਜਾਊਗਾ ਤੇਰਾ ਤੇਰਾ। ਉਹਦੇ ਗੱਲ ਤੇ ਸੁਣ ਰਿਹਾ ਕਥਾ ਪੁੱਠੇ ਨਾਰੀ ਲੱਗਦਾ ਸਿਰ ਵਾ ਇੱਥੇ ਆ ਮੇਰਾ ਭਾਈ, ਛੱਡ ਦੇ ਗੱਲਾਂ ਸਰ, ਤੁਸੀਂ ਸਾਈਡ ਤੇ ਹੋ ਜਾਓ। ਆ ਕੀ ਕਹਿਣ ਡਿਆ ਸੀ? ਕੁਛ ਨਹੀਂ ਕਹਿ ਸਕਦਾ ਤੈਨੂੰ ਯਾਰ, ਕੁਛ ਨਹੀਂ ਕਰਦਾ। ਇੱਥੇ ਕਿਤੇ ਕੱਦੂ ਰਗੜੋ ਤੈਨੂੰ ਠੰਡ ਪਵੇ। ਭਾਜੀ ਤੁਸੀਂ ਇੱਥੇ ਕੀ ਕਰ ਰਹੇ ਹੋ? ਕੁਛ ਵੀ ਨੀ ਭਾਈ, ਮੁਲਾਜ਼ਮ ਆ ਇੱਥੇ, ਸਫਾਈ ਕਰੀ ਦੀ ਹੈ। ਇੱਥੇ ਮੁਲਾਜ਼ਮ ਹੋ? ਹਾਂਜੀ। ਸਫਾਈ ਕਰੀ ਕਰਦੇ ਹੋ? ਹਾਂਜੀ। ਔਰ ਸਫਾਈ ਕਰਕੇ ਕੂੜਾ ਸੁੱਟਣ ਨਹੀਂ ਜਾਂਦਾ? ਇਹਨੂੰ ਕਹਿ ਦਿੰਦਾ ਪਾਣੀ ਦੇ ਗਲਾਸ ਨਾਲ ਖਾ ਜਾਂਦਾ ਵਾ, ਬੜਾ ਤਜਰਬੇ ਕਰ, ਮੁੜ ਕੇ ਕੱਪੜਾ ਕੱਢਦਾ ਨਹੀਂ ਕਰਕੇ। ਰੱਬ ਨੇ ਜ਼ਬਾਨ ਦਿੱਤੀ, ਹੁਣ ਜਿੱਦਾਂ ਵੀ ਬੋਲਣਾ ਵਾ, ਹੁਣ ਸ਼ੁਕਰ ਅਦਾ ਕਰੀਦਾ ਰੱਬ ਦਾ। ਜਾਨੀ ਸਾਹਿਬ ਗੁੱਡ, ਤੇ ਤੁਸੀਂ ਨਾਲ ਦੀ ਦੁਕਾਨ ਤੇ ਹੁੰਦੇ ਹੋ? ਹਾਂਜੀ। ਇੱਧਰ ਕੀ ਲੈਣ ਆਏ ਹੋ? ਇੱਧਰ ਉਹ ਭਰਾ ਹੈਗਾ ਆਪਣਾ, ਜਿਹੜੇ ਭਰਾ ਨੀ ਹੁੰਦਾ ਭਰਾ। ਹਾਂਜੀ ਭਰਾ। ਇਹ ਕਿੱਦਾਂ ਦੀ ਰੱਬ ਨੇ ਜ਼ਬਾਨ ਦਿੱਤੀ ਤੁਹਾਨੂੰ ਜਿਹੜੀ? ਹੁਣ ਮੰਗਣ ਲੱਗ ਜਾ ਫਿਰ ਕੰਮ ਛੱਡ ਕੇ, ਕਿ ਜ਼ਬਾਨ ਨੀ ਸਹੀ ਤੇ। ਬੋਲਣੇ ਕੀ ਤਮੀਜ਼ ਨਹੀਂ ਹੈ? ਕੌਣ ਹੈ? ਬੜਾ ਤਿੰਨ ਪੈਨਸਲਾਂ ਟੰਗੀਆਂ ਇਹ ਭਾਈ, ਪੈਨਸਲਾਂ ਹੀ ਵੇਚਦਾ ਸੀ, ਸਿੱਥੇ ਰੱਖ ਲਿਆ ਦੁਕਾਨਦਾਰ। ਚਲੋ ਆਪਣਾ ਗੌਰੀ ਸ਼ੀਨ ਛੱਡੋ। ਕਿਹੜੀ ਗੱਲ ਬਦਤਮੀਜ਼ੀ ਕਾ ਤੋਂ? ਮੇਰਾ ਦੋਸਤ ਹੈਗਾ ਵਾ ਨਾਲ ਦੀ ਦੁਕਾਨਦਾਰ, ਨੂੰ ਮਲਾਲ ਛੱਡ ਕੇ ਆਇਆ। ਤੁਸੀਂ ਕੀ ਵੇਚਦੇ ਹੋ? ਅਸੀਂ ਪਰਫਿਊਮ, ਕੱਪੜਾ, ਕੋਸਮੈਟਿਕ, ਜੈਂਟਸ, ਲੇਡੀਜ਼, ਅਨਸਟਿਚ ਸਟਿਚ ਪ੍ਰੈਟ, ਬਨੈਂਜ਼ਾ, ਸਤਰੰਗ, ਸਾਰਾ ਕੁਝ। ਤੇਜ਼ ਤੇਜ਼ ਕਹਿ ਜ਼ਰਾ। ਲੋਨ, ਪ੍ਰੈਟ, ਪਰਫਿਊਮ, ਅਨਸਟਿਚ, ਕੋਸਮੈਟਿਕ। ਨਹੀਂ ਐਡ ਨਾ, ਨਹੀਂ ਤੇਜ਼ ਕਹਿ ਇੱਕੋ ਫਲੋਚ। ਲੋਨ, ਪ੍ਰੈਟ, ਪਰਫਿਊਮ, ਕੋਸਮੈਟਿਕ, ਅਨਸਟਿਚ, ਪ੍ਰੈਟ। ਐ ਗੁੱਡ, ਇਹਦੀ ਰਿਹਰਸਲ ਕਰਨੀ। ਐ ਸਹੀ ਆ, ਸੋਹਣਿਆ ਦੇਖ ਲੈ ਤੂੰ ਅਤਰ ਵੇਚਦਾ ਵਾ ਤੇ ਆਪ ਤੂੰ ਕੰਨ ਚ ਫੰਬਾ ਦਿੱਤਾ ਹੋਇਆ ਵਾ, ਨਜ਼ਰ ਆ ਰਿਹਾ। ਤੂੰ ਉਹੀ ਅੱਛਾ, ਉਹ ਜਿਹੜਾ ਮੇਰੇ ਕੋਲ ਸੀ ਨਾ ਚਵਲ ਟੈਪ, ਉਹਦੇ ਕੰਨ ਚ ਵੀ ਰੌਲਾ ਸੀ, ਉਹਦੇ ਗਲੇ ਚ ਵੀ ਰੌਲਾ ਸੀ। ਇਹਨੇ ਦੂਜਾ ਦਿੱਤਾ ਵਾ ਖੁਸ਼ਬੂ ਵਾਲਾ, 150 ਰੁਪਏ ਦਾ ਅਤਰ ਲੈ ਕੇ ਅਗਲੇ ਬੰਦੇ ਦਾ ਜੀਣਾ ਹਰਾਮ ਕਰਦਾ, ਉਧਰੋਂ ਜੱਫੀ ਪਾਈ ਜਾਣੀ ਹੈ।